ਕੀ ਹਾਲ ਆ ਤੇਰਾ? ਹਾਂ, ਵਧੀਆ ਭੈਣੇ, ਲੰਘਿਆ ਲੰਘਿਆ। ਹਾਏ ਹਾਏ, ਆਪ ਪੰਦਰਾਂ ਜਾਣੇ ਕੌਣ ਬੈਠੇ ਆ ਤਿਆਰ ਸ਼ਿਆਰ ਹੋ ਕੇ? ਤੈਨੂੰ ਨਹੀਂ ਪਤਾ ਇਹ ਉਹ ਬੱਚੇ ਆ ਜੋ ਆਪਣੇ ਸਕੂਲ ਦੇ ਕੁਇਜ਼ ਟੈਸਟ ਵਿੱਚ ਸਿਲੈਕਟ ਹੋਏ ਆ, ਅੱਜ ਬੱਚੇ ਕੁਇਜ਼ ਦਾ ਫਾਈਨਲ ਰਾਊਂਡ ਖੇਲਣਗੇ। ਅੱਛਾ, ਆ ਕੁਇਜ਼ ਰਾਊਂਡ ਕੀ ਹੁੰਦਾ? ਤੈਨੂੰ ਨਹੀਂ ਪਤਾ? ਨਹੀਂ। ਚੱਲ ਆ ਜਾ, ਤੈਨੂੰ ਵਿਖਾਵਾਂ। ਚੱਲ ਚੱਲੀਏ। ਹੈਲੋ ਪਾਰਟਿਸਪੈਂਟਸ, ਅ ਵੈਰੀ ਵਾਰਮ ਵੈਲਕਮ ਟੂ ਦਿਸ ਵੰਡਰਫੁਲ ਇਵੈਂਟ। ਫਸਟ ਆਫ ਆਲ, ਵੀ ਕੰਗਰੈਚੁਲੇਟ ਯੂ ਆਲ ਫੋਰ ਰੀਚਿੰਗ ਦਿਸ ਲੈਵਲ। ਨਾਓ ਵੀ ਵਿਲ ਗਾਈਡ ਯੂ ਅਬਾਊਟ ਦਿਸ ਕੁਇਜ਼ ਪ੍ਰੋਗਰਾਮ। ਦਿਸ ਕੁਇਜ਼ ਹੈਜ਼ 5 ਰਾਊਂਡ। ਫਸਟ ਰਾਊਂਡ ਇਜ਼ ਜਰਨਲ ਰਾਊਂਡ। ਇਨ ਦਿਸ ਰਾਊਂਡ 2 ਕੁਸ਼ਚਨਸ ਵਿਲ ਬੀ ਆਸਕਡ ਫਰੋਮ ਈਚ ਟੀਮ। ਟੋਟਲ 10 ਕੁਸ਼ਚਨ ਵਿਲ ਬੀ ਆਸਕਡ। Each question has 10 marks. Time limit will be 30 seconds. For right answer, 10 marks will be given. Second round is buzzer round. 5 questions will be asked in this round. Which team first presses the button will answer the question. For wrong answer, 5 marks will be deducted. For right answer, 10 marks will be given. Third round is luck round. First the question will be displayed on screen. Then fourth round is map round. In this round, map of India will be shown. And you have to tell the name of the asked state or UT. Again, 10 marks will be given for correct answer. Time limit 30 seconds. Fifth and the last round is very interesting round. It is puzzle round. In this round, answer may be in the asked questions. It will check your presence of mind. Time limit will be 30 seconds. For right answer, 10 marks will be given. Thanks. Thank you.
ਸਿਆਹੀ ਕਰਕੇ ਦਾ ਗੋਪਾਲ ਸਿੰਘ ਜੀ ਸਾਡੇ ਘਰ ਪਹੁੰਚ ਚੁੱਕੇ ਹੈ। ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਸਰ ਆਪਣੇ ਇੱਧਰ ਵਾਲੇ ਪ੍ਰੋਗਰਾਮ ਸ਼ੁਰੂ ਕਰਵਾਇਆ ਜਾਵੇ। ਉਮੀਦ ਕਰਦਾ ਬੇਟਾ ਤੁਹਾਨੂੰ ਸਾਰਾ ਸਮਝ ਲੱਗ ਗਿਆ ਹੋਏਗਾ। ਪੰਜ ਰਾਊਂਡ ਹੈ, ਆਪਾਂ ਪਹਿਲਾ ਰਾਊਂਡ ਸ਼ੁਰੂ ਕਰਾਂਗੇ। ਪਹਿਲੇ ਰਾਊਂਡ 'ਚ ਹਰੇਕ ਟੀਮ ਤੋਂ 2 ਕੁਸਚਨ ਪੁੱਛੇ ਜਾਣਗੇ। ਪਹਿਲਾਂ 1 ਕੁਸਚਨ ਪੁੱਛਿਆ ਜਾਏਗਾ, ਫਿਰ ਟਾਈਮ ਕੰਪਲੀਟ ਹੋਣ ਤੋਂ ਬਾਅਦ 6ਵਾਂ ਕੁਸਚਨ ਜਿਹੜਾ ਦੁਬਾਰਾ ਪਹਿਲੇ ਗੇਮ ਤੋਂ ਪੁੱਛਿਆ ਜਾਏਗਾ। ਪਹਿਲੀ ਟੀਮ ਹੋਏਗੀ ਦੋਦਾ ਕੈਪਸ, ਦੋਦਾ ਲੀਜੈਂਡਸ, ਫਿਰ ਦੋਦਾ ਸੁਪਰ ਕਿੰਗਸ, ਦੋਦਾ ਰਾਈਡਰ ਐਂਡ ਦੋਦਾ ਵਾਰੀਅਰਸ। ਫਿਰ ਸ਼ੁਰੂ ਕਰੀਏ, ਕੋਈ ਡਾਊਟ ਤਾਂ ਨਹੀਂ। ਹਰੇਕ ਕੁਸਚਨ ਦੇ 30 ਸਕਿੰਟ ਹੋਣਗੇ, ਤੁਹਾਡੇ ਕੋਲ 30 ਸਕਿੰਟ ਹੈਗੇ ਸੋਚਣ ਲਈ। ਆਰਾਮ ਨਾਲ ਸੋਚ ਕੇ ਜਵਾਬ ਦੇਣਾ। ਅਗਰ ਤੁਸੀਂ ਇੱਕ ਵਾਰ ਟਾਈਮਰ ਬੰਦ ਕਰਵਾਤਾ ਤਾਂ ਤੁਸੀਂ ਜੋ ਆਨਸਰ ਕਿਹਾ ਉਹ ਫਾਈਨਲ ਬਣਿਆ ਜਾਊਗਾ। ਅਗਰ ਟਾਈਮਰ ਚੱਲੀ ਜਾਂਦਾ ਤੁਸੀਂ ਕੁਸਚਨ ਚੇਂਜ ਕਰ ਸਕਦੇ ਹੋ, ਆਨਸਰ ਚੇਂਜ ਕਰ ਸਕਦੇ ਹੋ। ਇੱਕ ਵਾਰ ਤੁਸੀਂ ਟਾਈਮਰ ਕਹਿੰਦਾ ਕਿ ਤੁਹਾਨੂੰ ਵੀ ਸਾਡਾ ਆਨਸਰ ਇਹ ਵਾਲਾ, ਫਿਰ ਮੈਂ ਟਾਈਮਰ ਬੰਦ ਕਰ ਦੂੰਗਾ। ਫਿਰ ਜਿਹੜਾ ਜੋ ਤੁਸੀਂ ਕਿਹਾ ਹੋਊਗਾ ਉਹੀ ਫਾਈਨਲ ਹੋਊਗਾ। ਅਤੇ ਹਰੇਕ ਕੁਸਚਨ ਦੇ 10 ਨੰਬਰ ਹੋਣਗੇ, ਗਲਤ ਕੁਸਚਨ ਦਾ ਕੋਈ ਵੀ ਨੰਬਰ ਕੱਟਿਆ ਨਹੀਂ ਹੋਊਗਾ। ਠੀਕ ਹੈ, ਪਲੀਜ਼ ਸ਼ੁਰੂ। ਟੀਮ ਬੰਦ ਕਰਦਾ ਦੂਜਾ ਗੈਟ ਦਾ ਪਹਿਲਾ ਕੁਸਚਨ ਬੰਦ ਕੀ ਗਿਆ। ਟੀਮ ਵੱਲ ਇਹ ਕੁਸਚਨ ਹੈ, ਟੈਲੀਵਿਜ਼ਨ ਦੀ ਖੋਜ ਕਿਸਨੇ ਕੀਤੀ? ਯੋਰ ਟਾਈਮ ਸਟਾਰਟਸ ਨਾਓ। ਜੌਨ ਬੇ। ਫਾਈਨਲ ਦੇਖਦੇ ਹਾਂ ਆਨਸਰ ਕੀ ਹੈ। ਤਾਂ ਰਾਈਟ ਆਨਸਰ ਇਜ਼ ਜੌਨ ਬੇ। ਸੈਕਿੰਡ ਟੀਮ ਬੇਟਾ ਦੋਨਾਂ ਰੀਜ਼ਨ ਦੇ ਸਵਾਲ। ਤੀਸਰੀ ਟੀਮ ਵੀ ਆਪਣਾ ਸਵਾਲ ਬੇਟਾ ਲਿਖਦੇ ਹਾਂ। ਪੰਡਿਤ ਜਵਾਹਰ ਲਾਲ ਨਹਿਰੂ
पास निकल रहा है एक पास और तो नहीं जा रहा है। चलो आते बेटा नेक्स्ट क्वेश्चन वाला अपने टीम थर्ड दोस्तार सुपर किंग्स भाई। नॉर्दर्न पाक सभा की स्थापना किसने की थी? टाइम स्टार्ट सुनाओ। महात्मा बुद्ध ने किस भाषा में उपदेश दिया सी? टाइम स्टार्ट सुनाओ। पाली बाकी जरा बोले
जी वेरी गुड। हाँ जी बेटा दो
ਉਹਦਾ ਬੋਲ ਇਸ 5 ਨੰਬਰ ਟੀਮ ਦਾ ਪੋਤਲ ਕੋਲੀ ਤੋਂ ਫਾਇਰ ਕਰੋ ਉੜੀਸਾ ਦੇ ਰਹੇ ਕੀ ਲੱਗਦਾ ਸਹੀ ਹੈ ਪੂਰਾ ਗੁਰੰਗਤ ਇਹਦਾ ਕੀ ਕਰ ਰਹੀ ਹੈ ਸਹੀ ਤਾਂ ਲਿਖਦੇ ਸਹੀ ਆਨਸਰ ਕੀ ਹੈ ਉੜੀਸਾ ਇਹਦਾ ਕੰਮ ਕਰ
ਸਰ ਸਰ ਪਜ਼ਲ ਰਾਊਂਡ ਦਾ ਨਾਮ ਲੈਂਦਾ ਬੇਟਾ 10 ਮਾਰਕਸ ਹਰੇਕ ਉਸ ਲਈ ਤੂੰ ਨੈਕੀ ਮਾਰਕੀਂਗੇ ਪਹਿਲਾ ਕੁਸਚਨ ਦੇਖਦੇ ਆ ਇਫ ਏ ਇਜ਼ ਦਾ ਫਾਦਰ ਆਫ ਬੀ ਬਟ ਬੀ ਇਜ਼ ਦਾ ਬੀ ਇਜ਼ ਨਾਟ ਦਾ ਸਨ ਆਫ ਏ ਹਾਊ ਇਜ਼ ਦੈਟ ਪੋਸੀਬਲ ਮੈਮ ਤੀਨ ਸੈਕਟ ਕਰੋ ਇਸ ਰਾਊਂਡ ਦੇ ਤੁਹਾਨੂੰ 45 ਸੈਕਿੰਡ ਮਿਲੇ ਜੇਕਰ ਏ ਬੀ ਦਾ ਪਿਤਾ ਹੈ ਪਰ ਬੀ ਏ ਦਾ ਪੁੱਤਰ ਨਹੀਂ ਹੈ ਇਹ ਕਿਵੇਂ ਪੋਸੀਬਲ ਵੱਡੇ ਡੈਡੀ ਨਹੀਂ ਕਹਿੰਦਾ ਤੁਹਾਨੂੰ ਕਹਿੰਦੇ ਮੈਂ ਕਹਿੰਦਾ ਆਡੀਓ ਕਿੰਨੂ ਆਉਂਦਾ
ਕਿਹੜਾ ਦੱਸੇਗਾ? ਤੁਸੀਂ ਨਹੀਂ ਤੁਹਾਨੂੰ ਪਤਾ ਕਹਿੰਦਾ ਬੰਦੇ ਵਰਗੇ ਦੱਸੋ। ਹਾਂ ਬੇਟਾ ਤੂੰ ਆਪੀ ਨੰਬਰ ਨਹੀਂ ਮਿਲਿਆ ਮੈਸੇਜ ਆ ਸਕਦਾ ਆਹ ਕਹਿ ਰਹੇ ਸੀ ਉਹਨੂੰ ਸ਼ਾਇਦ ਪਤਾ ਕਿਉਂਕਿ ਸਰ ਵੀ ਲੜਕੀ ਹੈ ਵੀ ਲੜਕੀ ਹੈ ਉਹਦਾ ਫਾਦਰ ਤਾਂ ਇਹ ਹੈਗਾ ਪਰ ਉਹ ਆਪਣੇ ਪਿਤਾ ਦਾ ਪੁੱਤਰ ਨਹੀਂ ਹੈ ਕਿਉਂਕਿ ਪੁੱਤਰੀ ਹੈ ਰਾਈਟ ਆਨਸਰ ਬੀ ਇਜ਼ ਦਾ ਡਾਕਟਰ ਰਾਜੂ 25 ਕਿਲੋਮੀਟਰ ਦੱਖਣ ਵੱਲ ਜਾਂਦਾ ਹੈ
ਫਿਰ 180 ਕਿਲੋਮੀਟਰ ਘੁੰਮ ਕੇ 30 ਕਿਲੋਮੀਟਰ ਤੱਕ ਜਾਂਦਾ ਹੈ। ਉਹ ਆਪਣੇ ਸ਼ੁਰੂ ਵਾਲੇ ਸਥਾਨ ਤੋਂ ਕਿੰਨੀ ਦੂਰ ਹੈ? ਹਾਂਜੀ ਬੇਟਾ, ਕੌਣ ਦੱਸੂਗਾ? 5 ਕਿਲੋਮੀਟਰ ਇਸ ਦਾ ਰਾਈਟ ਆਨਸਰ। ਜੇਕਰ ਤੁਸੀਂ ਇੱਕ ਨੰਬਰ ਨਾਲ ਕਿਸੇ ਵੀ ਹੋਰ ਨੰਬਰ ਦੀ ਗੁਣਾ ਕਰਦੇ ਹੋ, ਕੁਐਸਚਨ ਧਿਆਨ ਨਾਲ ਸੁਣੋ ਪਹਿਲਾਂ, ਫਿਰ ਤੁਹਾਨੂੰ ਆਨਸਰ ਗੈਸ ਕਰੋਗੇ, ਤਾਂ ਉੱਤਰ ਹਮੇਸ਼ਾ ਹੀ ਇੱਕੋ ਰਹਿੰਦਾ ਹੈ। ਟਾਈਮ ਸਟਾਰਟ ਨਾ ਕਿਉਂਕਿ ਮਲਟੀਪਲਾਈ ਦਿਸ ਨੰਬਰ ਜ਼ੀਰੋ। ਬਾਕੀ ਨੇ ਨਹੀਂ ਬੋਲਣਾ, ਬਾਕੀ ਨੇ ਕਿਸੇ ਨੇ ਨਹੀਂ ਬੋਲਣਾ ਬੇਟਾ। ਬਾਕੀ ਦੀ ਆਵਾਜ਼ ਨਾਲ ਮੌਕਾ ਮਿਲੂਗਾ। ਹਾਂਜੀ, ਇੱਕ ਨਾਲ ਇੱਕ ਨਾਲ 10 ਨੂੰ ਇੱਕ ਨਾਲ ਗੁਣਾ ਕਰੀਏ ਕਿੰਨਾ ਆਨਸਰ ਆਊਗਾ? 10 ਨੂੰ 20 ਨੂੰ ਇੱਕ ਨਾਲ ਗੁਣਾ ਕਰੀਏ ਕਿੰਨਾ ਆਨਸਰ ਆਊਗਾ? ਤੇ ਫਿਰ ਕੁਐਸਚਨ ਕੀ ਆਪਣਾ ਇਹਨਾਂ ਦਾ ਨੰਬਰ ਤਾਂ ਨਹੀਂ ਮਿਲਦੇ, ਫਿਰ ਬੰਦ ਕਿਵੇਂ ਹੋਇਆ? ਮੈਂ ਤੁਹਾਨੂੰ ਤਾਂ ਹੀ ਕਹਿ ਰਿਹਾ, ਖਾਲੀ ਨਹੀਂ ਕਰਦੇ, ਜੋ ਚੀਜ਼ ਲੱਗਦੀ ਉਹ ਹੈ ਨਹੀਂ। ਹਾਂਜੀ ਬੇਟਾ, ਤੁਸੀਂ ਬੋਲੋ ਜੀਰੋ। ਜੀਰੋ ਨੂੰ ਕਿਸੇ ਨਾਲ ਹੀ ਮਲਟੀਪਲਾਈ ਕਰੋ, ਤੁਹਾਡੇ ਨਾਲ ਜੀਰੋ। ਹਾਂਜੀ ਸਟੂਡੈਂਟ, ਫਸਟ ਕੀ ਸਕੋਰ 70 ਮਾਰਕਸ, ਸੈਕਿੰਡ ਟੀਮ ਸਕੋਰ 40 ਮਾਰਕਸ, ਥਰਡ ਟੀਮ ਸਕੋਰ 60 ਮਾਰਕਸ, ਫੋਰਥ ਟੀਮ 40 ਐਂਡ ਦਾ ਲਾਸਟ ਐਂਡ ਫਿਫਥ ਟੀਮ ਇਜ 40। ਰਿਜ਼ਲਟ ਬੇਟਾ ਆਪਣੇ ਸਾਹਮਣੇ ਹੈ। ਉਹਦਾ ਗੈਸਟਿੰਗ ਜਿਹੜੀ ਪਹਿਲੇ ਨੰਬਰ 'ਤੇ ਆਈ ਹੈ। ਪ੍ਰੋਗਰਾਮ ਆਪਣੇ ਇੱਥੇ ਹੀ ਖਤਮ ਹੁੰਦਾ। ਬੱਚਿਆਂ ਦਾ ਮੈਂ ਥੈਂਕਸ ਕਰਨਾ ਚਾਹੂੰਗਾ, ਬੜੇ ਵਧੀਆ ਕੋਪਰੇਟ ਢੰਗ ਨਾਲ ਉਹਨਾਂ ਨੇ ਦੇਖਿਆ। ਸ਼ੁਰੂ ਸ਼ੁਰੂ 'ਚ ਡਿਸਟਰਬ ਕੀਤਾ ਪਰ ਬਾਅਦ 'ਚ ਵਧੀਆ ਰਿਹਾ। ਔਰ ਸਪੈਸ਼ਲੀ ਆਪਣੇ ਟੀਚਰ ਦਾ, ਜਿਹਨਾਂ ਨੂੰ ਇੱਕ ਸਿੰਗਲ ਪਰਸਨ ਕੀਤੀ ਕਿ ਪ੍ਰੋਗਰਾਮ ਨੂੰ ਆਪਾਂ ਵਧੀਆ ਕੀਤੀ, ਸਭ ਨੇ ਮੇਰੇ ਬਿਨਾਂ ਕਹਿਣ 'ਤੇ ਹੈਲਪ ਕੀਤੀ ਹੈ ਮੇਰੀ। ਬਹੁਤ ਵਧੀਆ ਪ੍ਰੋਗਰਾਮ ਹੋਇਆ ਬੇਟਾ। ਮਾਈਕ ਆਪਣਾ ਅਸਰ ਕੋ ਬੇਟਾ। ਹੂ ਇਜ਼ ਦਾ ਫਾਊਂਡਰ ਆਫ ਗੂਗਲ? ਗੂਗਲ ਦੀ ਖੋਜ ਕਿਸਨੇ ਕੀਤੀ? ਟਾਈਮਰ ਸ਼ੁਰੂ ਕਰ ਦਿੰਦੇ। ਹਾਂਜੀ